ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਦੀ ਆਪਣੀ ਵੀਡੀਓ ਹੈ ਫਾਰਮ ਟਰੈਕ 660। ਜਿਹੜੇ ਵੀਰ ਆਉਂਦੇ ਨੇ ਵੀ ਏਸੀ ਕੈਬਿਨ ਕਾਮਯਾਬ ਕੋਨੀ, ਅਤੇ ਉਹਨਾਂ ਵਾਸਤੇ ਸਭ ਤੋਂ ਜ਼ਰੂਰੀ ਵੀਡੀਓ ਹੈ। ਅਤੇ ਬਾਕੀ ਫਾਰਮ ਟਰੈਕ 660 ਸਿੰਪਲ ਮੋਟਰ ਦਾ ਆਉਂਦਾ, ਏਸੀ ਕੈਬਿਨ 'ਚ ਕੋਨੀ ਆਉਂਦਾ। ਅਤੇ ਭਾਅ ਜੀ ਇਹਨਾਂ ਨੇ ਏਸੀ ਕੈਬਿਨ ਲਵਾਇਆ। ਤਕਰੀਬਨ ਅਸੀਂ 500 ਤੋਂ 90 ਰੋਡ 'ਤੇ ਜਾਂਦਾ ਸਾਂ, ਪਟਿਆਲੇ ਰੋਡ 'ਤੇ। ਅਤੇ ਰਾਹ 'ਚ ਟਰੈਕਟਰ ਵੇਖਿਆ ਅਤੇ ਸੋਚਿਆ ਕਿ ਭਾਅ ਜੀ ਨੇ ਕੋਈ ਗੱਲ ਕਰਨੇ ਆ। ਭਾਅ ਜੀ ਹਰਾਂ ਨਾਲ ਗੱਲ ਕੀਤੀ ਅਤੇ ਆਉਂਦੇ ਨੇ ਵੀ ਤਕਰੀਬਨ ਸਾਨੂੰ 2017 'ਚ ਏਸੀ ਕੈਬਿਨ ਲੱਗਾ ਸੀ, ਅਤੇ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ। ਇਹ ਏਸੀ ਕੈਬਿਨ ਆ। ਅਤੇ ਭਾਅ ਜੀ ਹਰਾਂ ਨੂੰ ਪੁੱਛਦੇ ਹਾਂ ਜਿਨ੍ਹਾਂ ਦਾ ਟਰੈਕਟਰ ਆ। ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਭਾਅ ਜੀ ਇਹ ਕਿੰਨਾ ਟਾਈਮ ਹੋ ਗਿਆ ਏਸੀ ਕੈਬਿਨ ਲਵਾਏ ਹੋਏ ਨੂੰ? ਇਹਨੂੰ 4 ਸਾਲ ਹੋ ਗਏ ਤਕਰੀਬਨ। ਅੱਛਾ, 4 ਸਾਲ ਹੋ ਗਏ ਨੇ। ਅਤੇ ਕਿਵੇਂ? ਕਈ ਵੀਰ ਆਉਂਦੇ ਨੇ ਜਿਹਨਾਂ ਲਵਾਇਆ ਹੁੰਦਾ, ਕਈ ਦੱਸ ਦਿੰਦੇ ਨੇ ਆਉਂਦੇ ਨੇ ਵੀ ਨਾ ਲੀਕ ਹੋ ਜਾਂਦਾ, ਖੜਕ ਜਾਂਦਾ, ਕੂਲਿੰਗ ਨਹੀਂ ਕਰਦਾ ਜੀ ਇਹਨੂੰ। ਅੱਛਾ, ਤੇ ਮਰਜ਼ੀ ਸੜਕ ਖਰਾਬ ਹੋਵੇ, ਜਮਾਂ ਵੀ ਵਾਈਬ੍ਰੇਸ਼ਨ ਨਹੀਂ ਕੋਈ, ਐਨ ਸਹੀ ਚੱਲਦਾ, ਐਨ ਵਧੀਆ ਚੱਲਦਾ। ਅੱਛਾ ਜੀ, ਹਲਦਾ ਇਹ ਪੈਕੇਜ। ਅਤੇ ਜਦੋਂ ਭਾਅ ਜੀ ਤੁਸੀਂ ਜਿਵੇਂ ਅੱਜ ਤੋਂ 4 ਸਾਲ ਪਹਿਲਾਂ ਲਵਾਇਆ ਸੀ, ਕਿੰਨਾ ਖਰਚਾ ਆ ਗਿਆ ਸੀ ਇਹ ਕੈਬਿਨ 'ਤੇ? ਖਰਚਾ ਇੱਥੇ ਤਕਰੀਬਨ 2,15,000-20,000 ਆ ਗਿਆ। ਅੱਛਾ, 2,15,000-20,000। ਉਹਦੇ 'ਚ ਕੀ ਕੀ ਜਿਵੇਂ ਏਸੀ ਕੈਬਿਨ ਲਾਤਾ, ਹੋਰ ਲਾਈਟਾਂ ਲੂਟਾਂ ਵੀ ਲਵਾਈਆਂ? ਲਾਈਟਾਂ ਤਕਰੀਬਨ ਬਾਹਰ ਹੁੰਦੀਆਂ ਨੇ ਸਾਰੀਆਂ, ਆਪ ਲਵਾਈਆਂ ਨੇ। ਅੱਛਾ, ਇਹ ਆਪ ਲਵਾਈਆਂ ਨੇ। ਅਤੇ ਵਿੱਚ ਡੈੱਕ ਡੁੱਕ ਵੀ ਆਪ ਲਵਾਇਆ ਹੋਣਾ ਕਿ ਉਹਨਾਂ ਹੀ ਲਾ ਕੇ ਦਿੱਤਾ? ਡੈੱਕ ਵੀ ਆਪ ਲਵਾਇਆ ਜੀ, ਉਹਦਾ ਕੈਬਿਨ ਦੇ ਵਿੱਚ ਇਕੱਲਾ ਏਸੀ ਲਾ ਕੇ ਦਿੰਦੇ ਨੇ ਆਪਾਂ। ਹਾਂ, ਜਾਂ ਕੈਬਿਨ ਲਾ ਦਿੰਦੇ ਨੇ ਹੈ ਨਾ। ਹਾਂ, ਅਤੇ ਲੈਦਰ ਵਾਲੀ ਸੀਟ ਲੱਗੀ ਹੈ। ਅਤੇ ਕਿਸਾਨ ਵੀਰੋ ਵਿਖਾਉਂਦਾਗਾ ਤੁਹਾਨੂੰ, ਅੰਦਰ ਬਹਿ ਕੇ ਵਿਖਾਉਂਦਾ। ਦੋਵੇਂ ਪਾਸੇ ਨਾ ਡੋਰ ਲੱਗੇ ਨੇ ਵੀ ਆਪਾਂ ਇਸ ਪਾਸੇ ਵੀ ਚੜ੍ਹ ਸਕਦੇ ਹਾਂ ਅਤੇ ਉੱਧਰ ਖੋਲ੍ਹ ਕੇ ਉੱਧਰੋਂ ਵੀ ਚੜ੍ਹ ਸਕਦੇ ਹਾਂ। ਅਤੇ ਤਕਰੀਬਨ ਅੱਗੇ ਵਾਈਪਰ ਵਾਲਾ ਵਾਈਪਰ ਵੀ ਲੱਗਾ। ਅਤੇ 4 ਕੂਲਿੰਗ ਵਾਲੇ ਸਿਸਟਮ ਨੇ, ਆ ਵੇਖੋ ਸਾਹਮਣੇ ਵਾਲੇ। ਅਤੇ ਇਹਦੀ ਭਾਅ ਜੀ ਜਿਵੇਂ ਆਪਾਂ ਕੂਲਿੰਗ ਦੀ ਗੱਲ ਕਰੀਏ, ਕੂਲਿੰਗ ਕਿੰਨੇ ਕੋਈ ਇਹਦੀ? ਕੂਲਿੰਗ ਬਹੁਤ ਵਧੀਆ ਜੀ। ਅੱਛਾ, ਕੂਲਿੰਗ ਵਧੀਆ? ਭਾਅ ਜੀ ਲਾ ਲਈਏ, ਇਹਨੂੰ ਬੰਦ ਕਰਨਾ ਪਊ। ਅੱਛਾ, ਇੰਨੀ ਕੂਲਿੰਗ ਹੋ ਜਾਂਦੀ ਆ? ਜਿਵੇਂ ਧੁੱਪ ਹੁੰਦੀ ਆ ਦੁਪਹਿਰਾ ਥੋੜ੍ਹੀ, ਫਿਰ ਘੱਟ ਜਾਂਦੀ ਆ। ਅੱਛਾ, ਵੀ ਸੀਸੇ ਗਰਮ ਹੋ ਜਾਂਦੇ ਨੇ ਜੀ ਤਾਂ ਕਰਕੇ। ਹਾਂ ਹਾਂ, ਹੁਣ ਤੁਸੀਂ ਲਾ ਲਓਗੇ ਵਿੱਚ ਬੈਠਿਆ ਹੀ ਜਾਣਾ। ਅੱਛਾ, ਇੰਨੀ ਕੂਲਿੰਗ ਹੋ ਜਾਂਦੀ ਆ? ਇਹ ਪੁਆਇੰਟ ਦੇ ਹਿਸਾਬ ਨਾਲ ਚੱਲਦੀ ਹੋਣੀ ਆ ਵੀ? ਹਾਂ, ਪੁਆਇੰਟ ਆ ਸੁੱਚ ਲੱਗੀ ਹੋਈ ਆ। ਅੱਛਾ, ਜਿਹੜਾ ਆ ਲੱਗਾ? ਹਾਂ, ਘੁਮਾਉਣੇ ਵਾਲਾ, ਇਹਦੇ ਹਿਸਾਬ ਨਾਲ ਕੂਲਿੰਗ ਹੁੰਦੀ ਆ। ਅੱਛਾ, ਤੇ ਆ ਪੁਆਇੰਟ ਲੱਗੇ ਨੇ, CD ਬੈਕ ਲਾਈਟ ਹਨਾ, LED ਸਾਰਾ ਸਿਸਟਮ ਤਕਰੀਬਨ ਵੀ ਵਧੀਆ ਸਿਸਟਮ ਹੈ, ਵੀ ਗਲਤ ਵਾਲਾ ਸਿਸਟਮ ਕੋਈ ਨਹੀਂ ਹੈਗਾ, ਵਧੀਆ ਸਿਸਟਮ ਆ ਜੀ। ਤੇ ਜੇ ਆਪਾਂ ਇਹਦੀ ਖੜਕਣ ਵਾਲੀ ਗੱਲ ਦੀ ਗੱਲ ਕਰੀਏ ਵੀ ਖੜਕਦਾ ਹੈ, ਤੇ ਖੜਕਦਾ ਵੀ ਹੈ ਕਿ ਨਹੀਂ? ਟ੍ਰੈਕਟਰ ਖੜਕੀ ਜਾਊਗਾ, ਇਹ ਨਹੀਂ ਖੜਕਦਾ ਜੀ ਬਾਹਰ। ਅੱਛਾ, ਇਹ ਨਹੀਂ ਖੜਕਦਾ? ਬਾਹਰ ਵਾਲੀ ਆਵਾਜ਼ ਅੰਦਰ ਨਹੀਂ ਆਉਂਦੀ ਹੋਣੀ ਹਨਾ? ਬਾਹਰ ਵਾਲੀ ਕੋਈ ਆਵਾਜ਼ ਨਹੀਂ ਆਉਂਦੀ। ਅੱਛਾ, 4 ਸਾਲ ਹੋ ਗਏ ਤੁਹਾਨੂੰ। ਤੇ ਬਾਕੀ ਤੁਸੀਂ ਕਿਸਾਨ ਵੀਰੋ ਵੇਖ ਸਕਦੇ ਹੋ, ਲੈਦਰ ਵਾਲੀਆਂ ਸੀਟਾਂ ਲੱਗੀਆਂ ਨੇ, ਹਰ ਇੱਕ ਵਧੀਆ ਚੀਜ਼ ਯਾਰ ਬਣਾਈ ਹੈ, ਸੋਹਣਾ ਲੱਗਦਾ ਟਰੈਕਟਰ। ਫਾਰਮ ਟਰੈਕ 660 ਮਾਡਲ ਹੈ। ਅਤੇ ਇਹ ਡੈੱਕ ਲੱਗਾ ਵਿੱਚ ਹੀ, ਸਿਸਟਮ ਸਾਰਾ ਲਵਾਇਆ, LED ਟੱਚ ਸਕਰੀਨ ਵਾਲਾ ਡੈੱਕ ਲਵਾਇਆ। ਅਤੇ ਸੋਨੀ ਦੇ ਭਾਅ ਜੀ ਹੋਰਾਂ ਨੇ ਸਪੀਕਰ ਲਵਾਏ ਨੇ, ਬਹੁਤ ਵਧੀਆ ਸਿਸਟਮ ਵਿੱਚ ਆ। ਟੂਲ ਬੋਕਸ ਵੀ ਹੈਗਾ, ਜੇ ਕੋਈ ਸਮਾਨ ਸਮੂਨ ਧਰਨਾ, ਕੋਈ ਖਾਣ ਪੀਣ ਵਾਲਾ ਸ਼ੌਕੀਨ ਹੋਵੇ ਤਾਂ ਸਮਾਨ ਧਰ ਸਕਦਾ ਉਹ। ਬਾਕੀ ਆ AC ਕੈਬਿਨ ਹੈ, ਇਹ ਬੈਕ ਸਾਈਡ ਤੋਂ ਸ਼ੀਸ਼ਾ ਜਿਹੜਾ ਓਪਨ ਹੋ ਜਾਂਦਾ, ਜਿਵੇਂ ਠੰਡਾ ਮੌਸਮ ਹੋਵੇ ਤਾਂ ਇਹਨੂੰ ਖੋਲ੍ਹ ਕੇ ਤੁਸੀਂ ਬਾਹਰ ਦੀ ਹਵਾ ਵੀ ਲੈ ਸਕਦੇ ਹੋ। ਅਤੇ ਖਿੜਕੀ ਭਾਅ ਜੀ ਫਿਰ ਇੱਕ ਹੀ ਖੁੱਲ੍ਹਦੀ ਹੋਣੀ ਹੈ ਨਾ ਬੈਕ ਵਾਲੀ? ਹਾਂ, ਖਿੜਕੀ ਖੁੱਲ੍ਹਦੀ। ਹਾਂ ਹਾਂ, ਅਤੇ ਆਹ ਵੀ ਰੁਕ ਜਾਂਦੀਆਂ ਨਹੀਂ, ਬੰਦ ਹੋ ਜਾਂਦੀਆਂ ਜਦੋਂ ਟਰੈਕਟਰ ਚੱਲਦਾ, ਜੇ ਇਹਨੂੰ ਖੋਲ੍ਹ ਕੇ ਚਲਾਉਣਾ ਹੋਵੇ? ਅੱਛਾ, ਬੰਦ ਕਰਨੀ ਪੈਂਦੀ। ਹਾਂ ਹਾਂ ਹਾਂ, ਅਤੇ ਬੜਾ ਵਧੀਆ ਸਿਸਟਮ ਹੈ, ਸ਼ੀਸ਼ੇ ਵੀ ਵਿੱਚ ਦਿੱਤੇ ਹੋਣੇ ਨੇ ਨਾ? ਆਹ ਵੇਖੋ, ਸ਼ੀਸ਼ੇ ਵੀ ਬੜੇ ਸੋਹਣੇ ਲੱਗਦੇ ਨੇ ਬਾਹਰ ਲੱਗੇ ਹੋਏ। ਅਤੇ ਬੜਾ ਹੀ ਸੋਹਣਾ ਕੈਬਿਨ ਬਣਾਇਆ। ਅਤੇ ਲਓ ਜੀ, ਇਹ ਵੀਡੀਓ ਤਾਂ ਬਣਾਉਣ ਦਾ ਮਕਸਦ ਇਹ ਸੀ ਵੀ ਜਿਹੜੇ ਵੀਰ ਆਉਂਦੇ ਨੇ ਨਹੀਂ ਕਾਮਯਾਬ, ਉਹਨਾਂ ਵਾਸਤੇ ਵੀਡੀਓ ਹੈ। ਅਤੇ ਸਿੰਪਲ ਟਰੈਕਟਰ ਹੈ, ਕੋਈ ਇਹ ਵੀ ਨਹੀਂ ਵੀ ਕੰਪਨੀ ਫਿਟਡ ਹੁੰਦਾ। ਅਤੇ ਇਹ ਭਾਅ ਜੀ ਕਿੱਥੋਂ ਲਵਾਇਆ ਸੀ ਤੁਸੀਂ? ਟਕਾਲਾ ਰੋਡ ਆ ਜੀ, ਟਕਾਲਾ। ਅਤੇ ਇਹ ਜਿਹੜਾ ਇੰਟਰਕੂਲਰ ਹੈ, ਇਹ ਤਾਂ ਵੈਸੇ ਛੱਤ 'ਤੇ ਲੱਗਦਾ, ਤੁਸੀਂ ਅੱਗੇ ਲਵਾਇਆ ਹੈ ਨਾ? ਇਹ ਉਸ ਟਾਈਮ ਜੀ ਅੱਗੇ ਲਾਉਂਦੇ ਸੀ, ਸ਼ੁਰੂਆਤ ਜੀ ਹੋਈ ਆ ਕੈਬਨਾਂ ਦੀ। ਹਾਂ ਹਾਂ, ਹੁਣ ਤਾਂ ਉੱਤੋਂ ਲਾਉਣ ਲੱਗ ਗਿਆ ਇਹਨੂੰ, ਤੁਸੀਂ ਸਗੋਂ ਉੱਤੇ ਠੀਕ ਹੈ ਨਾ, ਵਧੀਆ ਲੱਗਦਾ। ਅੱਛਾ, ਰੀਪਰ 'ਤੇ ਥੋੜ੍ਹੀ ਜਿਹੀ ਆਉਂਦੀ ਹੈ ਜੀ। ਅੱਛਾ, ਰੀਪਰ 'ਤੇ ਉਹ ਧੂੜ ਤਾੜ ਕਰਕੇ। ਟਰੈਕਟਰ ਗਰਮ ਗੁਰਮ ਤਾਂ ਨਹੀਂ ਹੁੰਦਾ? ਨਾ, ਕੋਈ ਗਰਮ ਨਹੀਂ ਹੁੰਦਾ। ਅੱਛਾ, ਅਤੇ ਬਾਕੀ ਆ ਵੇਖ ਸਕਦੇ ਹੋ, ਇੰਟਰਕੂਲਰ ਅੱਗੇ ਲੱਗਾ, ਇੱਕ ਪੱਖਾ ਲੱਗਾ ਉਹਦੇ ਅੱਗੇ, ਹੀਟਿੰਗ ਜਿਹੜੀ ਹੈ ਉਹਨੂੰ ਠੰਡਾ ਕਰਨ ਵਾਸਤੇ। ਬਾਕੀ ਬਹੁਤ ਵਧੀਆ AC ਕੈਬਿਨ ਆ ਜੀ, ਬਹੁਤ ਬਹੁਤ ਧੰਨਵਾਦ। ਵੀਡੀਓ ਪਸੰਦ ਆਈ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੀ। ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ।